ਜਿਵੇਂ ਕਿ 8 ਪੁਲ ਬਣਾਏ ਵੇਲਿਆਂ ਦੇ ਵਿੱਚ। ਇਹੋ ਜਿਹਾ ਸਮਾਂ ਸੀ ਕਿ ਜਿਹੜੇ ਬੱਚੇ ਸਵੇਰੇ ਸਕੂਲ ਜਾ ਜਾਂਦੇ, ਜਦੋਂ ਬਰਸਾਤ ਪੈ ਜਾਂਦੀ ਸ਼ਾਮ ਨੂੰ ਪਰਿਵਾਰ ਕੰਢੇ 'ਤੇ ਬੈਠ ਕੇ ਡੀਕਦਾ ਸੀ ਵੀ ਕਦੋਂ ਪਾਣੀ ਲੱਥੇ ਅਸੀਂ ਘਰਾਂ ਨੂੰ ਜਾਈਏ। ਰਵਦਾ ਪਾਓ ਇੱਥੋਂ ਲੈ ਕੇ ਕਾਨਪੁਰ ਖੂਹੀ ਤਾਈਂ ਜਿਹੜਾ ਇਹ ਪ੍ਰੋਜੈਕਟ ਚੱਲ ਰਿਹਾ, ਪਰ ਇਹ ਇੱਥੋਂ ਤਾਂ ਨਹੀਂ ਚੱਲਣਾ, ਇਹ ਕਾਨਪੁਰ ਖੂਹੀ ਤੋਂ ਲੈ ਕੇ ਇਹ ਤਕਰੀਬਨ ਕਰੀਬਪੁਰਾ ਪੋਜੇ ਆਲ ਤੋਂ ਅੱਗੇ ਤਾਈਂ ਜਾਵੇਗਾ। ਬੇਨਤੀ ਕਰਦੇ ਹਾਂ ਕਿ ਜਿਹੜਾ ਆਨੰਦਪੁਰ ਸਾਹਿਬ ਇਲਾਕੇ ਦਾ ਵੇਲੇ ਵਾਲੇ ਵੀਰ ਮੇਰੇ ਆ, ਸਭ ਨੂੰ ਬੇਨਤੀ ਹੈ ਕਿ ਹੱਥ ਜੋੜ ਕੇ ਰੋਜ਼ ਆਇਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਜਿਹੜਾ 20-25 ਸਾਲ ਤੋਂ ਕੰਮ ਰੁਕਿਆ ਹੋਇਆ, ਜਿਵੇਂ ਸਮੇਂ ਦੀ ਗੱਲ ਆ, ਜਿਵੇਂ ਸਮਾਂ ਆਉਣਾ ਸੀ ਸਮਾਂ ਆ ਗਿਆ। ਕਾਰ ਸੇਵਾ ਸੰਪ੍ਰਦਾਇ ਸੰਤ ਬਾਬਾ ਸੇਵਾ ਸਿੰਘ ਜੀ, ਸੰਤ ਬਾਬਾ ਭਾਗ ਸਿੰਘ, ਸੰਤ ਬਾਬਾ ਲਾਭ ਸਿੰਘ ਜੀ, ਸੰਤ ਬਾਬਾ ਹਰਭਜਨ ਸਿੰਘ ਜੀ ਭਲਵਾਨ, ਜਿਨ੍ਹਾਂ ਨੇ ਗੁਰੂ ਨੇ ਕਿਰਪਾ ਕਰਕੇ ਜਿਨ੍ਹਾਂ ਦੇ ਉੱਤੇ ਗੁਰੂ ਨੇ ਕਿਰਪਾ ਕਰਕੇ ਬਹੁਤ ਵੱਡੀਆਂ ਸੇਵਾਵਾਂ ਲਈਆਂ, ਜਿਵੇਂ ਕਿ 8 ਪੁਲ ਬਣਾਏ ਵੇਲਿਆਂ ਦੇ ਵਿੱਚ। ਇਹੋ ਜਿਹਾ ਸਮਾਂ ਸੀ ਕਿ ਜਿਹੜੇ ਬੱਚੇ ਸਵੇਰੇ ਸਕੂਲ ਜਾ ਜਾਂਦੇ, ਜਦੋਂ ਬਰਸਾਤ ਪੈ ਜਾਂਦੀ ਸ਼ਾਮ ਨੂੰ ਪਰਿਵਾਰ ਕੰਢੇ 'ਤੇ ਬੈਠ ਕੇ ਡੀਕਦਾ ਸੀ ਵੀ ਕਦੋਂ ਪਾਣੀ ਲੱਥੇ ਅਸੀਂ ਘਰਾਂ ਨੂੰ ਜਾਈਏ। ਜੇ ਕੋਈ ਬੰਦਾ, ਬੱਚਾ, ਬਿਮਾਰ ਜੀ, ਬਜ਼ੁਰਗ ਲੈ ਕੇ ਜਾਣਾ ਹੁੰਦਾ ਸੀ ਤਾਂ ਬੜੀ ਪਰੇਸ਼ਾਨੀ ਸੀ। ਇਹ ਗੱਲਾਂ ਦੇ ਵੇਲੇ ਆ ਰਹੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਇਲਾਕੇ ਨੂੰ, ਉਹ 8 ਪੁਲ ਬਣਾਏ।